वेलकम टू दिस एपिशोड ऑफ द हरप्रीत सिंह शो आज के इस प्रोग्राम में एक बहुत इंपोर्टेंट टॉपिक तलबात कर जा रहे हैं ਜਿਹੜੀ ਆਰਥਿਕਤਾ ਉਥਲ ਪੁਥਲ ਇਸ ਸਮੇਂ ਸਾਰੀ ਦੁਨੀਆ ਵਿੱਚ ਚੱਲ ਰਹੀ ਹੈ ਉਸ ਨਾਲ ਲੋਕ ਬੜੇ ਪਰੇਸ਼ਾਨ ਹਨ ਪਤਾ ਨਹੀਂ ਚੱਲ ਰਿਹਾ ਕਿ ਕਿਸ ਪਾਸੇ ਨ ਇਕਨੋਮੀ ਨੇ ਜਾਣਾ ਹੈ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਕ ਨਾਮਵਰ ਰੀਅਲ ਏਸਟੇਟ ਏਜੰਟ ਮਿਸਟਰ ਜਸਬੀਰ ਚੀਮਾ ਅਤੇ ਇਕਨੋਮਿਸਟ ਜਿਹੜੇ ਕਿ ਇਕਨੋਮਿਕਸ ਵਿੱਚ ਬਹੁਤ ਇੰਟਰਸਟ ਰੱਖਦੇ ਨੇ ਅਤੇ ਆਲੇ ਦੁਆਲੇ ਸਾਡੇ ਕੀ ਹੋ ਰਿਹਾ ਹੈ ਉਸ ਨੂੰ ਚੰਗੀ ਤਰੀਕੇ ਨਾਲ ਉਸ ਦੀ ਰਿਸਰਚ ਕਰਕੇ ਤੱਥ ਬਾਹਰ ਕੱਢਦੇ ਨੇ ਕਿ ਕਿਸ ਪਾਸੇ ਨੂੰ ਸੀ ਜਾ ਰਹੇ ਆਂ ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਇਸ ਸਫ਼ਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਪਤਾ ਚੱਲੇਗਾ ਕਿ ਆਨੁਲਾ ਸਮਾ ਤੇ ਇਹ ਜਿਹੜਾ ਸਮ ਅਤੇ ਖਾਸ ਤੌਰ ਉੱਤੇ ਜਦੋਂ ਅਸੀਂ ਰੀਅਲ ਏਸਟੇਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਫੈਸਲਾ ਲਿਆ ਜਾਵੇ ਜੈਨੂ ਜੀ ਵੈਲਕਮ ਟੂ ਦਾ ਪ੍ਰੋਗਰਾਮ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇੱਕ ਹੋਰ ਮੌਕਾ ਦੇ ਰਹੇ ਲੋਕਾਂ ਦੇ ਰੂਹ ਰੂਹ ਹੋਣ ਦਾ ਔਰ ਪਿਛਲੇ ਸਾਲ ਵੀ ਸਰੋਤਿਆਂ ਦੇ ਰੂਬਰੂ ਹੋਏ ਸੀ ਔਰ ਬੜਾ ਪਿਆਰ ਮਿਲਿਆ ਸੀ ਜੀ ਬਿਲਕੁਲ ਸੋ ਤੁਹਾਡਾ ਜਿਹੜਾ ਸਮਾਂ ਕੱਢ ਕੇ ਆਏ ਤੇ ਤੁਸੀਂ ਸਾਡੇ ਨਾਲ ਸਾਹਜ ਪਾਣ ਜਾ ਰਹੇ ਹੋ ਸੋ ਇਕਨੋਮਿਕ ਟਰਬਲੈਂਸ ਜਿਹੜੀ ਅਚੀਮਾ ਸਾਹਿਬ ਇਸ ਸਮੇਂ ਅਸੀਂ ਦੇਖ ਰਹੇ ਹਾਂ ਪੂਰੀ ਦੁਨੀਆ ਵਿੱਚ ਤੇ ਖਾਸ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਮਾਰਕੀਟ ਦੀ ਵੋਲੇਟਿਲਟੀ ਜਿਹੜੀ ਹੈਗੀ ਉਹ ਪਰੇਸ਼ਾਨ ਕਰ ਰਹੀ ਹੈਗੀ ਸੋ ਜੇਕਰ ਸਾਨੂੰ ਦੱਸ ਸਕੋ ਕਿ ਕੀ ਚੱਲ ਰਿਹਾ ਹੈ ਇਸ ਸਮੇਂ ਤੇ ਕੀ ਕੁਝ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਹੈਗਾ ਗੱਲ ਇਹ ਹੈ ਕਿ ਇਹ ਜਿਹੜੀ ਇਕਨੋਮੀ ਵਰਲਡ ਦੀ ਇਕਨੋਮੀ ਨਾਰਥ ਅਮਰੀਕਾ ਦੀ ਇਕਨੋਮੀ ਯੂਰਪ ਦੀ ਇਕਨੋਮੀ ਔਰ ਉਹਦੇ ਵਿੱਚ ਮਤਲਬ ਸਾਡੀ ਆਪਣੀ ਕੈਨੇਡੀਅਨ ਇਕਨੋਮੀ ਔਰ ਇਹਦੇ ਵਿੱਚ ਸਭ ਇਕਨੋਮੀਆਂ ਜਿਹੜੀਆਂ ਕਿ ਪ੍ਰੋਵਿੰਸ਼ਲ ਆ ਜਾਂਦੀਆਂ ਹੈਗੀਆਂ ਨੇ ਜੀ ਇਹ ਹੈ ਕਿ ਕਾਫੀ ਟਰਬੂਲੈਂਸ ਚੱਲ ਰਹੀ ਹੈ ਪਿਛਲੇ ਤਕਰੀਬਨ ਕਹਿ ਲਓ ਕਿ 4 ਸਾਲਾਂ ਤੋਂ ਜੀ ਔਰ ਉਹਦਾ ਇੱਕ ਬੜਾ ਵੱਡਾ ਰੀਜ਼ਨ ਹੈਗਾ ਉਹਦਾ ਰੀਜ਼ਨ ਇਹ ਹੈਗਾ ਕਿ ਜਿੰਨੀਆਂ ਵੀ ਫੋਰਕਾਸਟ ਕੀਤੀਆਂ ਨੇ ਲੋਕਾਂ ਨੇ ਮਤਲਬ ਉਹ ਗਲਤ ਹੋ ਜਾਂਦੀਆਂ ਹੈਗੀਆਂ ਨੇ ਆਕਟ ਤੇ ਲੋਕੀ ਕਨਫਿਊਜ਼ ਆ ਕਿ ਕਿਨੂੰ ਬਲੀਵ ਕਰੀਏ ਕਿਨੂੰ ਨਾ ਕਰੀਏ ਠੀਕ ਉਹਦੀ وجہਸ ਇਹ ਸੀਗੀ ਕਿ ਅਸੀਂ ਇੱਕ ਨਵੇਂ ਇਕਨੋਮਿਕ ਸਾਈਕਲ ਜਾਂ ਆਰਥਿਕ ਚੱਕਰ ਦੇ ਵਿੱਚ ਗੁਜ਼ਰੇ ਆਂ ਜੀ ਮਤਲਬ ਜਿੱਦੀ ਕ ਸ਼ੁਰੂਆਤ ਹੋਈ ਤਕਰੀਬਨ ਮੇਰੇ ਹਿਸਾਬ ਨਾਲ 2010 ਦੇ ਵਿੱਚ ਓਕੇ ਔਰ ਇਹ ਦੁਨੀਆ ਦੇ ਉੱਤੇ ਕੋਈ ਪਹਿਲੀ ਵਾਰੀ ਨਹੀਂ ਹੋਇਆ ਜੀ ਇਹ ਇਹ ਤਕਰੀਬਨ ਤੀਜਾ ਵੱਡਾ ਜਿਹੜਾ ਸੁਪਰ ਸਾਈਕਲ ਆ ਉਹ ਮਤਲਬ ਕਿ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਦੋ ਸੁਪਰ ਸਾਈਕਲ ਜਿਹੜੇ ਪਹਿਲਾਂ ਵੀ ਸ਼ੁਰੂ ਹੋਏ ਔਰ ਮਤਲਬ ਉਹ ਖਤਮ ਹੋਏ ਉਹਨਾਂ ਦਾ ਆਪਣਾ ਇੱਕ ਲਾਈਫ ਸਾਈਕਲ ਦੇ ਸੀਗਾ ਜੀ ਸੋ ਇਕਾਲੋ ਵੀ ਜਿਹੜਾ ਸਭ ਤੋਂ ਪਹਿਲਾ ਜਿਹੜਾ ਸੁਪਰ ਸਾਈਕਲ ਸੀਗਾ ਉਹ ਹੋਇਆ ਤਕਰੀਬਨ 1870 ਦੇ ਵਿੱਚ ਸ਼ੁਰੂ ਜੀ ਜਦੋਂ ਤਕਰੀਬਨ ਕਹ ਲੋ ਕਿ ਦੁਨੀਆ ਦੇ ਉੱਤੇ ਜਿਹੜੇ ਐਸ ਐਸੇ ਮਸ਼ੀਨਰੀ ਟੂਲਸ ਮਤਲਬ ਕਿ ਇਨਵੈਂਟ ਹੋਏ ਜਿਨ੍ਹਾਂ ਦੇ ਨਾਲ ਚੀਜ਼ਾਂ ਦੀ ਮਾਸ ਪ੍ਰੋਡਕਸ਼ਨ ਜਿਹੜੀ ਉਹ ਸ਼ੁਰੂ ਹੋਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੰਡਸਟਰੀਅਲ ਰੈਵੋਲੂਸ਼ਨ ਸੀਗਾ। ਰਾਈਟ। ਸੋ ਉਹ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਸੀਗਾ ਉਹ ਤਕਰੀਬਨ ਕਹ ਲੋ ਭਈ 1913 ਤੱਕ ਕਰ ਚੱਲਿਆ। ਠੀਕ। ਸੋ 43 ਸਾਲ ਬਣਦੇ ਹੈਗੇ ਨੇ। ਜੀ। ਸੋ ਉਹਦੇ ਵਿੱਚ ਉਹਦਾ ਆਪਣਾ ਇੱਕ ਸਾਈਕਲ ਸੀ ਕਿ ਸ਼ੁਰੂ ਦੇ ਵਿੱਚ ਜਿਹੜੇ ਪਹਿਲੇ 10-15 ਸਾਲ ਸੀਗੇ ਉਹਦੇ ਵਿੱਚ ਬਹੁਤ ਪ੍ਰੋਡਕਸ਼ਨਸ ਫੇਲ ਹੋਈਆਂ। ਰਾਈਟ। ਫਿਰ ਜਿਹੜਾ ਮਿਡ ਸੀਗਾ ਉਹਦੇ ਵਿੱਚ ਜਾ ਕੇ ਲੋਕਾਂ ਨੂੰ ਸਮਝ ਲੱਗ ਗਈ ਇਕਨੋਮਿਸਟਸ ਨੂੰ ਪਤਾ ਲੱਗ ਗਿਆ ਕਿ ਅਸੀਂ ਕਿਹੜੀਆਂ ਕਿੜੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਆਪਣੀ ਫੋਰਕਾਸਟ ਕਰੀਏ ਤਾਂ ਕਿ ਉਹ ਠੀਕ ਰਵੇ ਜੀ ਸੋ ਇਸੇ ਤਰ੍ਹਾਂ ਹੋਇਆ ਕਿ ਜਿਉਂ-ਜਿਉਂ ਉਹ ਆਪਣਾ ਸਾਈਕਲ ਜਿਹੜਾ ਸੀ ਆਪਣੇ ਐਂਡ ਜੇ ਤੇ ਆਇਆ ਤਕਰੀਬਨ ਕਹਿ ਲਓ ਕਿ 1930 ਤੋਂ ਲੈ ਕੇ ਤਕਰੀਬਨ ਸੌਰੀ ਸਨ 1900 ਤੋਂ ਲੈ ਕੇ 13 ਤੱਕ ਜੀ ਸੋ ਪਿਛਲੇ 13 ਸਾਲ ਜਿਹੜੇ ਸੀਗੇ ਉਹਦੇ ਵਿੱਚ ਫੇਰ ਜਿਹੜੀ ਸੀਗੀ ਉਹ ਟਰਬੂਲੈਂਸ ਉਹਨਾਂ ਨੂੰ ਵਿਗਿਆਨੀਆਂ ਨੂੰ ਅਰਥਸ਼ਾਸਤਰੀਆਂ ਨੂੰ ਮਤਲਬ ਸਮਝ ਨਹੀਂ ਆਈ ਜੀ ਸੋ ਇਸੇ ਤਰ੍ਹਾਂ ਜਿਹੜਾ ਦੂਜਾ ਸੁਪਰ ਸਾਈਕਲ ਸੀਗਾ ਉਹ ਹੈ ਵਰਲਡ ਵਾਰ 2 ਤੋਂ ਬਾਅਦ ਵਰਲਡ ਵਾਰ ਸੈਕੰਡ ਵਰਲਡ ਵਾਰ ਜਿਹੜੀ ਸੀਗੀ ਇਹ ਤਕਰੀਬਨ 1945 ਤੋਂ ਲੈ ਕੇ ਤੇ 1973 ਤੱਕ ਚੱਲਿਆ ਹੈਗਾ ਜੀ ਸੋ ਇਹਦੇ ਵਿੱਚ ਵੀ ਇਹ ਇਹ ਜਿਹੜਾ ਸੀਗਾ ਰੈਵੋਲੂਸ਼ਨ ਇਹ ਇਸ ਕਰਕੇ ਤੀਜਾ ਸੁਪਰ ਸਾਈਕਲ ਜਿਹੜਾ ਸੀਗਾ ਉਹਦਾ ਮੇਨ ਰੀਜ਼ਨ ਇਹ ਸੀ ਕਿ ਰੀਬਿਲਡਿੰਗ ਯੂਰਪ ਦੀ ਹੋਣੀ ਸੀ ਕਿਉਂਕਿ ਬਹੁਤ ਸਾਰੀ ਡਿਸਟਰਕਸ਼ਨ ਹੋਈ ਸਤ ਨੂੰ ਵਰਲਡ ਵਾਰ ਦੇ ਵਿੱਚ ਔਰ ਜਦੋਂ ਡਿਸਟਰਕਸ਼ਨ ਹੁੰਦੀ ਹੈ ਜਿਸ ਤਰ੍ਹਾਂ ਹੁਣ ਜਾਪਾਨ ਦੇ ਵਿੱਚ ਰੀਸੈਂਟਲੀ ਹੋਈ ਤਾਂ ਉਸ ਤੋਂ ਬਾਅਦ ਬਹੁਤ ਸਾਰੀ ਉਹਦੇ ਨਾਲ ਜਿਹੜੀ ਇਨਫਰਾਸਟ੍ਰਕਚਰ ਨੂੰ ਦੁਬਾਰਾ ਪੁਟ ਅਪ ਕਰਨ ਵਾਸਤੇ ਉਹਨੂੰ ਸਟੈਂਡ ਕਰਨ ਵਾਸਤੇ ਉਹ ਦੁਬਾਰਾ ਇਕਨੋਮਿਕ ਐਕਟੀਵਿਟੀ ਜਿਹੜੀ ਸ਼ੁਰੂ ਹੋ ਜਾਂਦੀ ਔਰ ਉਹਦੇ ਨਾਲ ਰਿਲੇਟਡ ਜਿੰਨੀਆਂ ਵੀ ਹੋਰ ਐਕਟੀਵਿਟੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਹੈਗੀਆਂ ਸੋ ਸੋ ਜਦੋਂ ਕਹ ਲਓ ਵੀ ਆਲਮੋਸਟ ਕਹ ਲੋ ਵੀ 60 ਸੈਂਕੜਿਆਂ ਤੋਂ ਬਾਅਦ ਅਖੀਰਲੇ 12 13 ਸਾਲ ਫਿਰ ਬੜੀ ਕਨਫਿਊਜ਼ਨ ਰਹੀ ਲੋਕਾਂ ਨੂੰ ਅਰਥਸ਼ਾਸਤਰੀਆਂ ਨੂੰ ਵੀ ਮਤਲਬ ਕਨਫਿਊਜ਼ਨ ਰਹੀ ਪਈ ਮਤਲਬ ਅਸੀਂ ਜੋ ਕਹਿੰਨੇ ਉਹ ਉਲਟ ਹੋ ਰਿਹਾ ਹੁੰਦਾ ਪਈ ਇਹ ਚੱਕਰ ਕੀ ਹੈਗਾ ਸੋ ਇਹ ਆ ਕਿ ਜਦੋਂ ਇਹ ਸੁਪਰ ਸਾਈਕਲ ਜਿਹੜੇ ਹੈਗੇ ਨੇ ਸ਼ੁਰੂ ਹੁੰਦੇ ਨੇ ਔਰ ਐਂਡ ਹੁੰਦੇ ਨੇ ਇਹਨਾਂ ਦੇ ਪਹਿਲੇ 10 12 15 ਸਾਲ ਇਹ ਤਕਰੀਬਨ ਇਹਦੇ ਵਿੱਚ ਪ੍ਰੈਡਿਕਸ਼ਨਸ ਜਿਹੜੀਆਂ ਰੋਂਗ ਹੁੰਦੀਆਂ ਨੇ। ਓਕੇ। ਸੋ ਇਹ ਹੋਇਆ ਕਿ ਹੁਣ ਤੀਜਾ ਸੁਪਰਸਾਈਕਲ ਕਹ ਲਓ। ਰਾਈਟ। ਜਿਹੜਾ ਮੇਰੇ ਹਿਸਾਬ ਨਾਲ ਮੈਂ ਆਪਣੀ ਜਿਹੜੀ ਰਿਸਰਚ ਕੀਤੀ ਉਹਦੇ ਹਿਸਾਬ ਨਾਲ ਇਹ 2010 ਦੇ ਵਿੱਚ ਸ਼ੁਰੂ ਹੋਇਆ। ਅੱਛਾ ਜੀ। ਔਰ ਇਹਦਾ ਜਿਹੜੀ ਮੇਨ ਰੀਜ਼ਨ ਇਹ ਸੀਗਾ ਕਿ ਜਿਹੜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜੀ ਇਹਦੇ ਵਿੱਚ ਇੱਕ ਬੜੇ ਵੱਡੇ ਲੈਵਲ ਦੇ ਉੱਤੇ ਮੌਰਗੇਜ ਜਿਹੜੀਆਂ ਬੈਕ ਸਿਕਿਉਰਿਟੀ ਸੀ ਇਹਦੇ ਵਿੱਚ ਕ腐ਸ਼ਨ ਹੋਇਆ। ਠੀਕ। ਉਹ ਇਸ ਤਰ੍ਹਾਂ ਹੋਈ ਕਿ ਜਦੋਂ ਕਲੋਪੀ 911 ਤੋਂ ਬਾਅਦ ਅਮਰੀਕਾ ਨੂੰ ਬਹੁਤ ਸਾਰੇ ਇਕਨੋਮਿਕ ਐਕਟੀਵਿਟੀ ਦੀ ਲੋਡ ਸੀਗੀ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿੰਨੀਆਂ ਵੀ ਅਸੀਂ ਜੜੀਆਂ ਹੈਗੀਆਂ ਸਾਡੀਆਂ ਲੈਂਡਿੰਗ ਪਾਲਿਸੀਸ ਨੇ ਉਹਨਾਂ ਨੂੰ ਲਿਬਰਲਾਈਜ਼ ਕਰੀਏ ਤਾਂ ਕਿ ਪੈਸਾ ਦਿੱਤਾ ਜਾਵੇ ਲੋਕਾਂ ਨੂੰ ਇੰਡਸਟਰੀਜ਼ ਨੂੰ ਔਰ ਬਿਜ਼ਨੈਸਸ ਨੂੰ ਔਰ ਤਾਂ ਕਿ ਫਲਰਿਸ਼ ਹੋ ਸਕਣ ਜਿਆਦਾ ਹੀ ਕੁਝ ਲਿਬਰਲਾਈਜ਼ ਹੋ ਗਿਆ ਤੇ ਜਿਸ ਨਾਲ ਕਰਪਸ਼ਨ ਜਿਸ ਦੀ ਤੁਸੀਂ ਜ਼ਿਕਰ ਕੀਤਾ ਉਹ ਆ ਗਿਆ ਵਿੱਚ ਹਾਂਜੀ ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਇੱਕ ਆਮ ਵਿਅਕਤੀ ਮੇਰੇ ਵਰਗਾ ਮਾਰਗੇਜ ਲੈਣ ਜਾਂਦਾ ਬੈਂਕ ਤੋਂ ਬੈਂਕ ਨੂੰ ਮਾਰਗੇਜ ਦੇ ਦਿੰਦਾ ਠੀਕ ਉਹ ਕੀ ਕਰਦਾ ਕਿ ਇਹ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਦੀਆਂ ਮਤਲਬ ਕਿ ਹੰਡਰਡਸ ਥਾਊਜ਼ੈਂਡਸ ਦੇ ਵਿੱਚ ਉਹਨਾਂ ਦੀਆਂ ਪੈਕੇजेस ਬਣਾ ਲੈਂਦੇ ਹੈਗੇ ਨੇ ਮਾਰਗੇਜਸ ਦੀਆਂ ਉਹ ਗਾਂ ਇਨਵੈਸਟਮੈਂਟ ਬੈਂਕਰਸ ਨੂੰ ਸੈਲ ਕਰ ਦਿੰਦੇ ਨੇ ਇਨਵੈਸਟਮੈਂਟ ਬੈਂਕਰਸ ਜਿਹੜੇ ਗਾਂ ਇਨਵੈਸਟਰ ਜਿਹੜੇ ਉਹਨਾਂ ਨੂੰ ਸੈਲ ਕਰ ਦਿੰਦੇ ਹੈਗੇ ਨੇ ਜੀ ਸੋ ਇਹ ਸਿਗਾ ਕਿ ਉਹ ਜਿਹੜੀਆਂ ਮਾਰਗੇਜ ਬੈਕ ਸਿਕਿਉਰिटीज ਆ ਕਿਉਂਕਿ ਉਹਦੇ ਵਿੱਚ ਇੰਟਰਸਟ ਦਾ ਹਿੱਸਾ ਜਿਹੜਾ ਹੈਗਾ ਉਹ ਕੁਝ ਬੇਸਿਕ ਬੈਂਕ ਜਿਹੜੀ ਹੈ ਜਿੰਨੇ ਤੁਹਾਨੂੰ ਦਿੱਤਾ ਲੋਨ ਜੀ ਉਨੇ ਲੈਣਾ ਫਿਰ ਇਨਵੈਸਟਮੈਂਟ ਬੈਂਕਰ ਨੇ ਮਤਲਬ ਵਿੱਚੋਂ ਬਣਾਉਣਾ ਫਿਰ ਇਹ ਆ ਕਿ ਇਨਵੈਸਟਰ ਨੂੰ ਗਾਂਹ ਲਾਲਚਦਾ ਕਿ ਹਾਂ ਮੈਨੂੰ ਇੱਕ ਸੋਲਿਡ ਸਟੇਬਲ ਕੰਟੀਨਿਊਸ ਸੋਰਸ ਆਫ ਇਨਕਮ ਮਿਲ ਜਾਣਾ ਹੈਗਾ ਜੀ ਸੋ ਉਹ ਮਾਰਗੇਜ ਬੈਕਡ ਸਿਕਿਉਰिटीज ਜਿਹੜੀਆਂ ਉਹਨਾਂ ਦੀ ਡਿਮਾਂਡ ਇੰਨੀ ਵੱਧ ਗਈ ਕਿ 2003 ਤੋਂ ਲੈ ਕੇ 4-5 ਤੱਕ ਜੀ ਬਹੁਤ ਸਾਰੀ ਅਮਰੀਕਾ ਦੇ ਵਿੱਚ ਲੈਂਡਿੰਗ ਐਸੀ ਹੋਈ ਕਿ ਜਿਹਨੂੰ ਆਪਾਂ ਨਿੰਜਾ ਬੀ ਨੋ ਇਨਕਮ ਨੋ ਐਸੈਟਸ ਬੇਸ ਤੇ ਕਿ ਕਿ ਕੋਈ ਕੁਛ ਨਹੀਂ ਹੈਗਾ ਨਾ ਕੋਈ ਜੌਬ ਸਟੇਬਲ ਨਾ ਕੋਈ ਉਹਦੇ ਕੋਈ ਐਸੈਟ ਹੈਗਾ ਜਿਹੜਾ ਉਹਨੂੰ ਐਸ ਅ ਸਿਕਿਉਰਿਟੀ ਦੇ ਸਕੇ ਸੋ ਇਹ ਹੋਇਆ ਕਿ ਜਿਹੜੇ ਮੋਰਗੇਜ ਬ੍ਰੋਕਰਸ ਸੀ ਉਹਨਾਂ ਦੇ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਕ੍ਰੀਏਟ ਕਰੋ ਹੋਰ ਬਿਜ਼ਨਸ ਜੀ ਔਰ ਉਹਨਾਂ ਨੇ ਫਿਰ ਇਹ ਕੀਤਾ ਕਿ ਜਿਹੜਾ ਬੰਦਾ ਵੀ ਉਹਨਾਂ ਦੇ ਹੱਥ ਚ ਆਇਆ ਉਹਨੂੰ ਕਿਹਾ ਆ ਲੈ ਘਰ ਤੇ ਇਹ ਆ ਕਿ ਤੇਰੀ ਇਹਦੇ ਉੱਤੇ ਮੋਰਗੇਜ ਜਿਹੜੀ ਹੈਗੀ ਆ ਉਹ 3 ਲੱਖ ਦੀ ਆ ਫਾਰ ਇਗਜ਼ਾਮਪਲ ਤੇ ਇਹਦਾ ਇੰਟਰਸਟ ਜਿਹੜਾ ਤੈਨੂੰ 6% ਲੱਗਣਾ ਹੈਗਾ ਪਰੇ ਆ ਕਿ ਤੂੰ 1.5% ਦੇਈ ਚਲ ਜਿਹੜਾ ਬਾਕੀ ਦਾ ਹੈਗਾ ਉਹ ਤੇਰੀ ਅਸੀਂ ਮਤਲਬ ਜਿਹੜੀ ਉਹ ਕੈਰੀ ਅੱਗੇ ਕੈਰੀ ਫਾਰਵਰਡ ਕਰ ਦਾਂਗੇ ਠੀਕ ਉਹਦਾ ਇਹ ਹੋਇਆ ਕਿ ਓਵਰ ਅ ਪੀਰੀਅਡ ਆਫ ਟਾਈਮ ਇਹ ਸਾਰੀ ਚੀਜ਼ ਐਕਿਮੂਲੇਟ ਹੁੰਦੀ ਗਈ ਹੁਣ ਇਹ ਆ ਕਿ 3 ਲੱਖ ਦੀ ਪ੍ਰਾਪਰਟੀ ਆ ਜਦੋਂ ਉਹ 3 ਸਾਲਾਂ ਬਾਅਦ ਮੈਚੁਰ ਹੋਈ ਤੇ ਉਹ ਉਹਦੇ ਤੇ ਹੁਣ 3 ਲੱਖ ਦੀ ਪ੍ਰਾਪਰਟੀ ਦੇ ਉੱਤੇ 4 ਲੱਖ ਦੀ ਮਾਰਗੇਜ ਚਾਹੀਦੀ ਆ ਔਰ ਉਹਦੋਂ ਬੈਂਕਾਂ ਨੇ ਨਾ ਕਰਨੇ ਸ਼ੁਰੂ ਕਰ ਦਿੱਤੇ ਠੀਕ ਕਿ 1 ਰੁਪਏ ਦੀ ਚੀਜ਼ ਦੇ ਉੱਤੇ ਕੋਈ ਸਵਾਰ ਰੁਪਈਆ ਦਾ ਤੁਹਾਨੂੰ ਲੋਨ ਨਹੀਂ ਦੇਵੇਗਾ রাইਟ ਕਿਉਂਕਿ ਇਹ ਆ ਕਿ ਜਿਹਨੇ ਲੋਨ ਦੇਣਾ ਉਹਨੂੰ ਇਹ ਹੁੰਦਾ ਕਿ ਮੈਂ ਆਪਣਾ ਲੋਨ ਵੀ ਕਢਣਾ ਠੀਕ ਔਰ ਮੈਂ ਆਪਣਾ ਇੰਟਰਸਟ ਵੀ ਜਿਹੜਾ ਉਹ ਲੈਣਾ ਇਹਦੇ ਕੋਲ ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਖਰਾਬ ਹੋ ਗਿਆ ਔਰ ਇਸ ਚੀਜ਼ ਦੀ ਪ੍ਰੈਡਿਕਸ਼ਨ ਵੀ ਕੀਤੀ ਸੀ ਜਿਹੜੇ ਅਮਰੀਕਾ ਦੇ ਬੜੇ ਤਗੜੇ ਇਕਨੋਮਿਸਟ ਨੇ ਨੋਰੀਅਲ ਰੂਬੀਨੀ ਜੀ ਉਹਨਾਂ ਨੇ ਇਸ ਚੀਜ਼ ਨੂੰ ਅਬਜ਼ਰਵ ਕੀਤਾ ਸੀ ਔਰ ਉਹਨਾਂ ਨੇ ਵਾਰਨ ਕੀਤਾ ਸੀਗਾ ਕਿ ਇਹ ਜਿਹੜੀ ਇਕਨੋਮੀ ਇੱਕ ਕ੍ਰੈਸ਼ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਸਾਡੀਆਂ ਮਤਲਬ ਕਿ ਮਾਰਗੇਜਸ ਤੇ ਮਾਰਗੇਜ ਬੈਕ ਸਿਕਿਉਰिटीज ਉਤੋਂ ਬੜੀਆਂ ਹੈਗੀਆਂ ਨੇ ਜਾਂ ਜਿਸ ਤਰੀਕੇ ਨਾਲ ਲੈਂਡਿੰਗ ਹੋ ਰਹੀ ਹੈ ਵੀ ਇਹ ਕੈਟਾਸਟ੍ਰੋਫੀ ਜਿਹੜੀ ਇਹ ਕ੍ਰੀਏਟ ਕਰੇਗੀ ਜਿਹੜੀ ਹੋਈ ਰਾਈਟ ਸੋ ਇਹ ਆ ਕਿ ਜਿਹੜਾ ਅਮਰੀਕਾ ਦਾ ਹਾਲੇ ਵੀ ਮੈਂ ਇਹ ਕਹਿ ਸਕਦਾ ਕਿ ਅਮਰੀਕਾ ਦੇ ਵਿੱਚ ਜਿੰਨੀਆਂ ਲੈਂਡਿੰਗ ਪਾਲਿਸਿਸ ਨੇ ਉਹ ਬੜੀਆਂ ਲਿਬਰਲ ਨੇ ਹਮਮਤਲਬ ਮੋਰਗੇਜ ਤੁਹਾਨੂੰ ਮਿਲ ਵੀ ਸੌਖੀ ਜਾਂਦੀ ਹੈਗੀ ਹੈ ਰਾਈਟ ਔਰ ਜਦੋਂ ਤੁਸੀਂ ਉਹਦੀ ਪੇਮੈਂਟ ਨਹੀਂ ਕਰਦੇ ਤੇ ਬੈਂਕ ਜਿਹੜੀ ਫੋਰਕਲੋਸ ਕਰਨ ਲੱਗੇ ਵੀ ਮਤਲਬ ਕੋਈ ਬਹੁਤੀ ਦੇਰ ਨਹੀਂ ਲਾਉਂਦੀ ਤੇ ਇੱਕ ਹੋਰ ਮਜ਼ੇ ਦੀ ਗੱਲ ਹੈ ਕਿ ਜਿਹੜੇ ਬੰਦੇ ਵਿੱਚ ਬੈਠੇ ਉਹ ਵੀ ਘਰ ਛੱਡ ਕੇ ਭੱਜਣ ਲੱਗੇ ਦੇਰ ਨਹੀਂ ਲਾਉਂਦੇ ਠੀਕ ਉਹਦੇ ਉਲਟ ਜਿਹੜਾ ਹੈਗਾ ਹਮਮ ਕੈਨੇਡਾ ਦੇ ਵਿੱਚ ਸਟ ਇਹਦੇ ਬਾਰੇ ਕੈਨੇਡਾ ਵਿੱਚ ਕੀ ਚੱਲ ਰਿਹਾ ਹੈ ਇਹਦੇ ਬਾਰੇ ਤੁਹਾਡੇ ਤੋਂ ਹੋਰ ਜਾਣਕਾਰੀ ਲੈਣੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਲਲੀ ਛੋਟੀ ਜੀ ਬ੍ਰੇਕ ਦੀ ਵਾਪਸ ਆਵਾਂਗੇ ਜਿਸ ਤਰ੍ਹਾਂ ਜਸਬੀਰ ਸਿੰਘ ਚੀਮੋਜ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਪਦਰਧਤ ਤੇ ਜੋ ਕੁਝ ਹੈ ਵੋਲੈਟਿਲਿਟੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਅਮਰੀਕਾ ਦੇ ਵਿੱਚ ਰੀਅਲ ਏਸਟੇਟ ਕ੍ਰਾਈਸਿਸ ਆਇਆ ਉਸ ਵਿੱਚ ਮਾਰਗੇਜਸ ਲੈਂਡਿੰਗ ਦੇ ਕਾਰਨ ਇਹ ਬਹੁਤ ਵੱਡੀ ਸਮੱਸਿਆ ਆਈ ਕੈਨੇਡਾ ਵਿੱਚ ਕਿੰਨੇ ਕੁ ਅਸੀਂ ਸਥਿਰਾਂ ਕਿ ਆਨੁਲਾ ਸਮਾਜ ਉਹ ਹੈ ਇਹ ਕੋਈ ਕ੍ਰਾਈਸਿਸ ਤਾਂ ਨਹੀਂ ਲਿਆਏਗਾ ਆ ਇਸ ਬ੍ਰੇਕ ਤੋਂ ਬਾਅਦ ਜਾਣਕਾਰੀ ਲੈਣੇ